ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਤੁਹਾਡੀ ਆਪਣੀ ਹੋਸਟ ਰਾਜਵੀਰ ਜੋਹਲ ਬਹੁਤ ਬਹੁਤ ਸਵਾਗਤ ਕਰਦੀ ਹਾਂ ਪ੍ਰਾਈਮ ਟਾਕ ਦੇ ਵਿੱਚ। ਹਰ ਵਾਰ ਵੱਖਰੀ ਸ਼ਖਸੀਅਤ ਅਤੇ ਵੱਖਰਾ ਮੁੱਦਾ ਲੈ ਕੇ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੁੰਦੇ ਹਾਂ ਔਰ ਅਸੀਂ ਸਾਰੇ ਜਾਣਦੇ ਹਾਂ ਕਿ ਕੈਨੇਡਾ ਦੇ ਵਿੱਚ ਜਦੋਂ ਅਸੀਂ ਆ ਜਾਂਦੇ ਹਾਂ ਤਾਂ ਸਾਡਾ ਸਭ ਤੋਂ ਪਹਿਲਾ ਸੁਪਨਾ ਹੁੰਦਾ ਘਰ ਖਰੀਦਣ ਦਾ। ਉਸ ਤੋਂ ਬਾਅਦ ਅਸੀਂ ਘਰਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਿੰਗਾਰਦੇ ਹਾਂ। ਸੋ ਫਰਨੀਚਰ ਘਰਾਂ ਨੂੰ ਸ਼ਿੰਗਾਰਨ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰਦਾ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਫਰੈਂਡਸ ਫਰਨੀਚਰ ਤੋਂ ਅਵਤਾਰ ਜੀ ਮੌਜੂਦ ਨੇ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਫਰਨੀਚਰ ਸਾਡੇ ਘਰ ਨੂੰ ਸ਼ਿੰਗਾਰ ਸਕਦਾ। ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਧੰਨਵਾਦ ਜੀ। ਪ੍ਰਾਈਮ ਏਸ਼ੀਆ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ, ਸਾਡੀ ਪੂਰੀ ਟੀਮ ਵੱਲੋਂ, ਸਮੁੱਚੀ ਫਰੈਂਡਸ ਫਰਨੀਚਰ ਦੀ ਟੀਮ ਵੱਲੋਂ ਅਤੇ ਮੇਰੇ ਵੱਲੋਂ ਨਿੱਘੀ ਜੀ ਹੈ ਪ੍ਰੋਗਰਾਮ ਦੇ ਅੰਦਰ ਜੀ। ਅਵਤਾਰ ਜੀ, ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਘਰ ਨੂੰ ਜਿਹੜਾ ਹੈਗਾ ਫਰਨੀਚਰ ਬਹੁਤ ਵਧੀਆ ਢੰਗ ਨਾਲ ਸ਼ਿੰਗਾਰਦਾ ਹੈਗਾ ਔਰ ਅਸੀਂ ਚਾਹੁੰਦੇ ਹਾਂ ਕਿ ਘਰ ਨੂੰ ਵਧੀਆ ਤਰੀਕੇ ਨਾਲ ਡਿਜ਼ਾਈਨ ਕਰੀਏ, ਪਰ ਅਕਸਰ ਜਦੋਂ ਅਸੀਂ ਇਸ ਜਨਰੇਸ਼ਨ ਦੀ ਗੱਲ ਕਰ ਲਈਏ ਜਿਹੜੀ ਕੈਨੇਡੀਅਨ ਬੋਰਨ ਹੈਗੀ ਆ, ਉਹਨਾਂ ਦੀ ਕਦੇ ਕਦੇ ਸਾਡੇ ਨਾਲ ਜਿਹੜੀ ਟਿਊਨਿੰਗ ਹੈਗੀ ਆ ਚੋਇਸ ਦੇ ਵਿੱਚ ਮੈਚ ਨਹੀਂ ਹੁੰਦੀ, ਤਾਂ ਫਿਰ ਤੁਸੀਂ ਕਿਸ ਤਰ੍ਹਾਂ ਫਰੈਂਡਸ ਫਰਨੀਚਰ ਦੇ ਉੱਤੇ ਜਿਹੜੀਆਂ ਹੈਗੀਆਂ ਸੁਵਿਧਾਵਾਂ ਉਪਲਬਧ ਕਰਾਉਂਦੇ? ਡੈਫੀਨੇਟਲੀ ਜੀ, ਬਹੁਤ ਵਧੀਆ ਦਰੁਸਤ ਕੁਐਸਚਨ ਹੈ। ਸੋ ਫਰੈਂਡਸ ਫਰਨੀਚਰ 'ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਲੋਕੇਸ਼ਨ ਦੇ ਵਿੱਚ ਇੰਨੀ ਕੁ ਜ਼ਿਆਦਾ ਚੋਇਸ ਹੈ ਸਾਡੇ ਕੋਲ, ਬੇਸਿਕਲੀ ਜਿੰਨੇ ਵੀ ਕਲਾਇੰਟਸ ਚਾਹੇ ਉਹ ਟ੍ਰੈਡੀਸ਼ਨਲ ਦੇਖ ਰਹੇ ਨੇ, ਕਿਉਂਕਿ ਅੱਜ ਕੱਲ੍ਹ ਜਦੋਂ ਫੈਮਿਲੀ ਦੇ ਵਿੱਚ ਡਿਸੀਜ਼ਨ ਫਰਨੀਚਰ ਦਾ ਲਿਆ ਜਾਂਦਾ ਜੀ, ਇਵੇਂ ਨਹੀਂ ਕਿ ਬਜ਼ੁਰਗ ਆ ਗਏ ਜਾਂ ਮਦਰ ਫਾਦਰ ਆ ਗਏ ਉਹ ਡਿਸੀਜ਼ਨ ਲੈਂਦੇ ਨੇ, ਕਿਡਸ ਵੀ ਪੂਰਾ ਪਾਰਟ ਨਿਭਾ ਰਹੇ ਨੇ ਆਪਣਾ ਫਰਨੀਚਰ ਡਿਸਾਈਡ ਕਰਨ 'ਚ। ਸੋ ਬੇਸਿਕਲੀ ਕਿਡਸ ਦੀ ਜਿਹੜੀ ਅੱਜ ਕੱਲ੍ਹ ਦੀ ਚੋਇਸ ਹੈ, ਇੱਧਰਲੇ ਕਿਡਸ ਹੋਣ ਚਾਹੇ ਉਹ ਬੈਕ ਹੋਮ ਤੋਂ ਵੀ ਆਏ ਹੋਣ, ਸਾਰੇ ਪਸੰਦ ਕਰ ਰਹੇ ਨੇ ਮੋਸਟਲੀ ਟੁਵਰਡਸ ਮਾਡਰਨ ਫਰਨੀਚਰ ਜੀ। ਸੋ ਸਾਰਿਆਂ ਦੀ ਸਲਾਹ ਦੇ ਨਾਲ ਜਦੋਂ ਤੁਹਾਡੇ ਕੋਲ ਬਿਗ ਚੋਇਸ ਔਨ ਦਾ ਫਲੋਰ ਮਿਲਦੀ ਹੈ, ਮੀਨਸ ਇਨ ਸਟੋਰ ਔਨ ਦਾ ਫਲੋਰ ਮਿਲੇਗੀ, ਤਾਂ ਉਹਦੇ ਵਿੱਚ ਫਿਰ ਸਾਰਿਆਂ ਨੂੰ ਫੈਮਿਲੀ ਨੂੰ ਇੱਕ ਡਿਸਾਈਡ ਕਰਨਾ ਈਜ਼ੀ ਹੋ ਜਾਂਦਾ। ਸੋ ਉਹਦੇ ਵਿੱਚ ਕੀ ਫਰੈਂਡਸ ਫਰਨੀਚਰ, ਅਸੀਂ ਜਿਹੜਾ ਮੋਲ ਵਰਡ ਹੈ ਇਹਦੇ ਨਾਲ ਤੁਸੀਂ ਦੇਖਿਆ ਵੀ ਹੋਵੇਗਾ, ਕਾਫੀ ਦਫਾ ਫਰੈਂਡਸ ਫਰਨੀਚਰ ਮੋਲ ਲਿਖਿਆ ਜਾਂਦਾ। ਸੋ ਬੇਸਿਕਲੀ 60,000 ਸਕੁਅਰ ਫੀਟ ਦਾ ਸਾਡਾ ਸ਼ੋਰੂਮ ਹੈ ਏਅਰਪੋਰਟ ਰੋਡ ਦੇ ਉੱਪਰ। ਸੋ ਉਹਦੇ 'ਤੇ ਤੁਹਾਨੂੰ ਹਰ ਇੱਕ ਤਰੀਕੇ ਦੀ ਚੋਇਸ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਸੋ ਉਹਦੇ ਨਾਲ ਫੈਮਿਲੀਜ਼ ਨੂੰ ਈਜ਼ੀ ਹੋ ਜਾਂਦਾ, ਬੱਚਿਆਂ ਦੀ ਚੋਇਸ ਰਾਈਟ ਵੇ ਫਲੋਰ 'ਤੇ ਦੇਖਣੀ, ਬਜ਼ੁਰਗਾਂ ਦੀ ਜਾਂ ਮਦਰ ਫਾਦਰਸ ਦੀ, ਅਤੇ ਉਹ ਰਾਈਟ ਵੇ ਆਪਣਾ ਡਿਸੀਜ਼ਨ ਕਰਕੇ ਅਤੇ ਕੋਈ ਨਾ ਕੋਈ ਆਈਟਮ ਬਾਏ ਕਰਦੇ ਜੀ। ਅਵਤਾਰ ਜੀ, ਤੁਹਾਡਾ ਤਾਂ ਲੰਬੇ ਸਮੇਂ ਤੋਂ ਐਕਸਪੀਰੀਅੰਸ ਆ, ਹੁਣ ਅੱਜ ਕੱਲ੍ਹ ਟ੍ਰੈਂਡ ਕੀ ਚੱਲ ਰਿਹਾ? ਬੇਸਿਕਲੀ ਜੇ ਮੰਨਿਆ ਜਾਵੇ ਤਾਂ ਜੀ, ਫਰਨੀਚਰ ਦੇ ਵਿੱਚ ਮੋਸਟਲੀ ਪੀਪਲਜ਼ ਆਰ ਟੁਵਰਡਸ ਮਾਡਰਨ ਫਰਨੀਚਰ। ਸੋ ਪਰਿਵਾਰ ਕਹਿ ਲਓ, ਬੱਚੇ ਕਹਿ ਲਓ, ਮੋਸਟਲੀ ਮਾਡਰਨ ਫਰਨੀਚਰ ਦੇ ਵਿੱਚ ਜ਼ਿਆਦਾ ਟ੍ਰੈਂਡਿੰਗ ਹੈ। ਮਾਡਰਨ ਫਰਨੀਚਰ ਹੈ ਕੀ ਆ, ਇਹਦਾ ਕਨਸੈਪਟ ਵੀ ਸਮਝਾਓ। ਡੈਫੀਨੇਟਲੀ ਜੀ, ਮਾਡਰਨ ਫਰਨੀਚਰ ਨੂੰ ਅਗਰ ਆਪਾਂ ਦੇਖਣਾ ਚਾਹੀਏ ਤਾਂ ਜਿਹੜੇ ਸੋਫਿਆਂ ਦਾ ਆਪਾਂ ਖੁਦ ਆਪਾਂ ਅੱਜ ਵੀ ਇੰਟਰਵਿਊ ਕਰ ਰਹੇ ਹਾਂ, ਸੋ ਇਹ ਵੀ ਮਾਡਰਨ ਕੈਟਾਗਰਾਈਜ਼ ਕੀਤੇ ਜਾਂਦੇ ਨੇ। ਸੋ ਮਾਡਰਨ ਫਰਨੀਚਰ ਦੀ ਜੇ ਅਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਦੱਸੀਏ ਤਾਂ ਮਾਡਰਨ ਫਰਨੀਚਰ ਜਿਹੜਾ ਜੀ, ਬੇਸਿਕਲੀ ਸਾਈਜ਼ ਸੇਮ ਹੁੰਦੇ ਨੇ, ਜਿਵੇਂ ਸੋਫਾ ਵੀ ਹੋਇਆ ਅਤੇ ਟੂ ਸੀਟਰ ਲਵ ਸੀਟ ਕਿਹਾ ਜਾਂਦਾ ਜੀ ਉਹਨੂੰ, ਸਿੰਗਲ ਚੇਅਰ ਹੋ ਗਈ, ਵਰਥ ਜਿਹੜੀ ਲੈਂਗੁਏਜ ਜਾਂ ਵਰਡਿੰਗ ਕਹਿ ਲਓ ਉਹ ਸੇਮ ਹੀ ਰਹਿੰਦੀ ਹੈ, ਪਰ ਕੰਪੈਕਟ ਡਿਜ਼ਾਈਨਸ ਜਿਹੜੇ ਆ ਗਏ ਨੇ, ਲੋ ਪ੍ਰੋਫਾਈਲ ਸਿਟਿੰਗਸ ਜਾਂ ਮਾਡਰਨ ਕਲਰਸ ਹੋ ਗਏ, ਵਾਈਟ ਹੋ ਗਿਆ, ਬਲੈਕ ਹੋ ਗਿਆ, ਰੈਡ ਸਟੋਨਸ ਹੋ ਗਈਆਂ, ਅੱਜ ਕੱਲ੍ਹ ਉਹਨਾਂ ਦੇ ਵਿੱਚ ਫਰਨੀਚਰ ਦੀ ਡਿਮਾਂਡ ਜ਼ਿਆਦਾ ਹੋ ਗਈ ਹੈ, ਅਤੇ ਉਹਦੇ 'ਚ ਮਾਡਰਨ ਕੈਟੇਗਰੀ ਉਹਨੂੰ ਵੱਖਰੀ ਦਿੱਤੀ ਜਾਂਦੀ ਹੈ ਜੀ, ਸਮਥਿੰਗ ਟੁਵਰਡਸ ਅਗਰ ਆਪਣੇ ਪੰਜਾਬੀ ਭਾਈਚਾਰੇ ਦੇ ਹਿਸਾਬ ਨਾਲ ਕਹੀਏ ਅਤੇ ਇਟਾਲੀਅਨ ਫਰਨੀਚਰ ਜਿਹਨੂੰ ਪਹਿਲਾਂ ਕਿਹਾ ਜਾਂਦਾ ਸੀ ਉਹਦੇ 'ਚ ਕੈਟਾਗਰਾਈਜ਼ ਕਰ ਸਕਦੇ ਹੋ ਤੁਸੀਂ ਮਾਡਰਨ ਫਰਨੀਚਰ ਜੀ। ਟ੍ਰੈਡੀਸ਼ਨਲ ਫਰਨੀਚਰ ਕੀ ਹੈ ਇਹ ਵੀ ਦੱਸੋ। ਹਾਂਜੀ, ਟ੍ਰੈਡੀਸ਼ਨਲ ਫਰਨੀਚਰ ਦੀ ਜਿਵੇਂ ਕਹਿ ਲਓ ਵੱਡੇ ਸੋਫੇ ਜਿਨ੍ਹਾਂ ਦੇ ਟੋਪ 'ਤੇ ਵੀ ਲੱਕੜ ਹੁੰਦੀ ਹੈ, ਬੇਸ ਪਾਰਟ 'ਚ ਵੀ ਲੱਕੜ ਲੱਗਦੀ ਹੈ, ਸਮਥਿੰਗ ਟੁਵਰਡਸ ਦੈਟ ਇਜ਼ ਟ੍ਰੈਡੀਸ਼ਨਲ। ਜਿਹੜੇ ਬੈੱਡ ਨੇ ਬਰਾਊਨ ਕਲਰ ਦੇ ਵੁਡਨ ਟਾਈਪ ਆਫ ਬੈੱਡਸ, ਡਾਇਨਿੰਗ ਟੇਬਲ ਵੱਡੇ ਵੱਡੇ ਜਿਨ੍ਹਾਂ ਨੂੰ ਬਹੁਤ ਵੱਡੀਆਂ ਪਿੱਛੇ ਅਲਮਰਾਜ਼ ਆਉਂਦੀਆਂ ਨੇ, ਸੋ ਉਸ ਤਰੀਕੇ ਦੇ ਫਰਨੀਚਰ ਨੂੰ ਤੁਸੀਂ ਟ੍ਰੈਡੀਸ਼ਨਲ ਫਰਨੀਚਰ ਕਹਿ ਸਕਦੇ ਜੀ। ਅਵਤਾਰ ਜੀ, ਅਕਸਰ ਜਦੋਂ ਅਸੀਂ ਬੇਸਮੈਂਟ ਦੇ ਵਿੱਚ ਫਰਨੀਚਰ ਪਾਉਣਾ ਹੁੰਦਾ ਤਾਂ ਪ੍ਰੋਬਲਮ ਆਉਂਦੀ ਹੈਗੀ ਆ, ਕਿਉਂਕਿ ਡੋਰ ਦੀ ਐਂਟਰੀ ਹੈਗੀ ਡਿਫਰੈਂਟ ਹੁੰਦੀ ਆ, ਤਾਂ ਬੇਸਮੈਂਟ ਲਈ ਤੁਸੀਂ ਕਿਹੋ ਜਿਹਾ ਫਰਨੀਚਰ ਜਿਹੜਾ ਹੈਗਾ ਸੁਜੈਸਟ ਕਰੋ? ਜੀ ਜੀ, ਬਹੁਤ ਵਧੀਆ ਕੁਐਸਚਨ ਹੈ, ਕਿਉਂਕਿ ਇਹ ਐਕਸਪੀਰੀਅੰਸ ਸਾਨੂੰ ਵੀ ਫਰਨੀਚਰ ਜਦੋਂ ਕਲਾਇੰਟਸ ਲੈ ਕੇ ਜਾਂਦੇ ਨੇ ਜਾਂ ਖੁਦ ਅਸੀਂ ਵੀ ਆਪ ਵੀ ਇਹ ਕੰਮ ਕਰਦੇ ਹਾਂ ਅਤੇ ਸਾਨੂੰ ਇਹ ਆਉਂਦਾ ਹੈ, ਵੈਲਿਡ ਕੁਐਸਚਨ ਹੈ। ਸੋ ਡੈਫੀਨੇਟਲੀ ਜਦੋਂ ਬੇਸਮੈਂਟ ਲਈ ਤੁਸੀਂ ਸੋਫਾ ਆਪਣੇ ਕਲਾਇੰਟਸ ਸੋਫਾ ਸੈੱਟ ਲੈਂਦੇ ਨੇ ਜਾਂ ਡਾਇਨਿੰਗ ਟੇਬਲ, ਡਾਇਨਿੰਗ ਟੇਬਲ ਦਾ ਤੁਹਾਨੂੰ ਕੋਈ ਇਸ਼ੂ ਨਹੀਂ ਆਉਂਦਾ ਜੀ ਐਂਟਰੈਂਸ ਦਾ, ਸੋਫਾ ਸੈੱਟ ਦੇ ਵਿੱਚ ਇੱਕ ਸੋਫੇ ਆਉਂਦੇ ਨੇ ਜੀ, ਰਿਕਲਾਈਨਰ ਸੋਫਾ ਕਿਹਾ ਜਾਂਦਾ ਉਹਨੂੰ। ਬੇਸਿਕਲੀ ਉਹਦਾ ਕੀ ਬੈਨੀਫਿਟ ਕੀ ਹੈ ਕੰਜ਼ਿਊਮਰ ਨੂੰ, ਉਹਦੀ ਜਿਹੜੀ ਬੈਕ ਪਾਰਟ ਹੁੰਦਾ ਜੀ ਟੂ ਪੀਸਿਸ ਦੇ ਵਿੱਚ ਆਉਂਦਾ, ਸੋ ਉਹਦੇ 'ਚ ਸਾਨੂੰ ਐਂਟਰੈਂਸ ਦਾ ਕੋਈ ਵੀ ਇਸ਼ੂ ਨਹੀਂ ਆਵੇਗਾ। ਸੋ ਰਿਕਮੈਂਡਡ ਸਾਡੇ ਵੱਲੋਂ ਇਹ ਹੁੰਦਾ ਜੀ, ਅਗਰ ਕੋਈ ਜਿਨ ਓਬਵੀਅਸਲੀ ਅਗਰ ਬੇਸਮੈਂਟ ਹੋਵੇਗੀ ਤਾਂ ਸਮਾਲ ਡੋਰ ਤਾਂ ਨਹੀਂ ਐਂਟਰ ਹੋਵਾਂਗੇ, ਅਤੇ ਉਹਦੇ ਲਈ ਰਿਕਲਾਈਨ
ਯੂਨਿਟਸ ਜਿਹੜੇ ਨੇ ਸੋਫਾ ਸੈੱਟ ਹੀ ਹੁੰਦੇ, ਚਾਹੇ ਉਹ ਤੁਸੀਂ ਫੈਬਰਿਕ 'ਚ ਬਾਏ ਕਰ ਸਕਦੇ ਹੋ, ਲੈਦਰ 'ਚ ਲੈਣਾ ਲੈਦਰ 'ਚ ਲੈ ਸਕਦੇ ਹੋ, ਅਤੇ ਰਿਕਲਾਈਨਰ ਸੋਫਾ ਸੈੱਟ ਜਿਹੜੇ ਨੇ ਉਹ ਬੇਸਮੈਂਟ ਲਈ ਜ਼ਿਆਦਾ ਪ੍ਰੈਫਰੇਬਲ ਰਹਿੰਦੇ ਨੇ ਜੀ। ਡਾਇਨਿੰਗ ਵੀ ਘਰ ਦਾ ਇੱਕ ਅਹਿਮ ਹਿੱਸਾ ਹੁੰਦਾ, ਤਾਂ ਐਜ਼ ਅ ਫਰੈਂਡਸ ਫਰਨੀਚਰ ਤੋਂ ਤੁਸੀਂ ਕਿੰਨੇ ਲੰਬੇ ਸਮੇਂ ਤੋਂ ਡੀਲ ਕਰ ਰਹੇ ਹੋ, ਤਾਂ ਡਾਇਨਿੰਗ ਦੇ ਵਿੱਚ ਅੱਜ ਕੱਲ੍ਹ ਕਿਹੜਾ ਟ੍ਰੈਂਡ ਆ ਰਿਹਾ? ਡੈਫੀਨੇਟਲੀ ਜੀ, ਡਾਇਨਿੰਗ ਟੇਬਲਸ ਬੇਸਿਕਲੀ ਕੀ ਹੈ ਜੀ, ਜਿਵੇਂ ਲਿਵਿੰਗ ਰੂਮ ਹੋ ਗਿਆ ਉਹਦੇ ਨਾਲ ਸਾਡਾ ਇੱਕ ਵੱਖਰਾ ਡਾਇਨਿੰਗ ਰੂਮ ਏਰੀਆ ਹੁੰਦਾ, ਜੇ ਤਾਂ ਤੁਹਾਡਾ ਲਿਵਿੰਗ ਅਤੇ ਡਾਇਨਿੰਗ ਕੰਬਾਈਂਡ ਹੈ। ਸੋ ਲਿਵਿੰਗ 'ਚ ਜੇ ਤੁਹਾਡਾ ਮਾਡਰਨ ਫਰਨੀਚਰ ਪਿਆ ਹੈ, ਸੋਫਾ ਸੈੱਟ ਮਾਡਰਨ ਹੈ, ਅਤੇ ਉਹਦੇ ਨਾਲ ਮਾਡਰਨ ਡਾਇਨਿੰਗ ਟੇਬਲ ਚੱਲੇਗਾ। ਜੇ ਸਪੋਜ਼ ਕਮਰਾ ਵੱਡਾ ਹੈ, ਸੁਖਨਾ ਘਰ ਵੱਡੇ ਨੇ, ਅਤੇ ਤੁਹਾਡੇ ਕੋਲ ਟ੍ਰੈਡੀਸ਼ਨਲ ਸੋਫਾ ਸੈੱਟ ਪਿਆ ਹੈ ਜਾਂ ਦੋਨੋਂ ਚੀਜ਼ਾਂ ਲੈਣੀਆਂ ਨੇ, ਅਤੇ ਅੱਜ ਕੱਲ੍ਹ ਕੰਬੀਨੇਸ਼ਨ ਚੱਲ ਰਿਹਾ। ਸੋ ਬੇਸਿਕਲੀ ਸੋਫਾ ਮੈਚਿੰਗ ਟੂ ਡਾਇਨਿੰਗ, ਡਾਇਨਿੰਗ ਮੈਚਿੰਗ ਟੂ ਸੋਫਾ। ਸੋ ਜੇਕਰ ਤੁਹਾਡੇ ਕੋਲ ਆਲਰੇਡੀ ਇੱਕ ਆਈਟਮ ਪਈ ਹੈ, ਇੱਕ ਲੈਣੀ ਹੈ, ਤਾਂ ਉਹਦੇ ਨਾਲ ਮੈਚ ਕਰਕੇ ਬਾਏ ਕੀਤਾ ਜਾ ਸਕਦਾ। ਅਤੇ ਜੇ ਤੁਹਾਡਾ ਡਾਇਨਿੰਗ ਵੱਖਰਾ ਹੈ ਅਤੇ ਸੋਫਾ ਲਿਵਿੰਗ ਰੂਮ ਸੈੱਟ ਵੱਖਰਾ ਹੈ, ਫਿਰ ਵਿੱਚ ਐਵਰ ਚੋਇਸ ਯੂ ਵਾਂਟ। ਬਟ ਮੋਸਟਲੀ ਅਗਰ ਆਊਟ ਆਫ 100 ਕਿਹਾ ਜਾਵੇ, 70% ਗੋਜ਼ ਟੂ ਮਾਡਰਨ ਐਂਡ 30% ਗੋਜ਼ ਟੂ ਟ੍ਰੈਡੀਸ਼ਨਲ ਜੀ। ਬਿਲਕੁਲ, ਜਦੋਂ ਅਸੀਂ ਘਰ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਫਰਨੀਚਰ ਨੂੰ ਦੇਖ ਕੇ ਅਸੀਂ ਜਿਹੜਾ ਹੈਗਾ ਸਮਝ ਜਾਂਦੇ ਹਾਂ ਕਿ ਕਿਸ ਤਰ੍ਹਾਂ ਦੀ ਚੁਆਇਸ ਆ, ਕਿਸ ਤਰ੍ਹਾਂ ਦੀ ਪਸੰਦ ਆ। ਲਿਵਿੰਗ ਰੂਮ ਔਰ ਫੈਮਿਲੀ ਰੂਮ ਦਾ ਜਿਹੜਾ ਫਰਨੀਚਰ ਹੈਗਾ ਉਹ ਕਿਸ ਤਰ੍ਹਾਂ ਡਿਫਰੈਂਟ ਆ, ਅਤੇ ਤੁਸੀਂ ਕੀ ਸੁਜੈਸਟ ਕਰਦੇ ਹੋ ਆਪਣੇ? ਡੈਫੀਨੇਟਲੀ ਜੀ, ਲਿਵਿੰਗ ਰੂਮ ਅਤੇ ਫੈਮਿਲੀ ਰੂਮ ਦੋ ਪਾਰਟਸ ਹੋ ਗਏ। ਅਗਰ ਲਿਵਿੰਗ ਰੂਮ ਦੇ ਵਿੱਚ ਸੁਜੈਸਟ ਅਸੀਂ ਕਰਦੇ ਹਾਂ ਜੀ, ਜਿਵੇਂ ਆਪਣੇ ਸਾਰੇ ਪਰਿਵਾਰਾਂ ਦੇ ਵਿੱਚ ਕਿਚਨ ਦੇ ਨਾਲ ਫੈਮਿਲੀ ਰੂਮ ਕੰਬਾਈਂਡ ਹੁੰਦਾ, ਸੋ ਲਿਵਿੰਗ ਰੂਮ 'ਚ ਤੁਸੀਂ ਫੈਬਰਿਕ ਸੋਫਾਜ਼ ਪ੍ਰੈਫਰ ਕਰੋ ਐਂਡ ਫੈਮਿਲੀ ਰੂਮ ਦੇ ਵਿੱਚ ਲੈਦਰ ਸੋਫਾਜ਼, ਲੈਦਰ ਤੋਂ ਭਾਵ ਰੀਅਲ ਲੈਦਰ ਸੋਫਾਜ਼। ਸੋ ਰੀਅਲ ਲੈਦਰ ਦੇ ਨਾਲ ਕੀ ਹੁੰਦਾ ਜੀ, ਇੱਕ ਤਾਂ ਡਿਊਰੇਬਿਲਟੀ ਜ਼ਿਆਦਾ ਰਹਿੰਦੀ ਹੈ ਜੀ, ਨੰਬਰ 2 ਤੇ ਉਹਦੀ ਕਲੀਨਿੰਗ ਜਿਹੜੀ ਹੈ ਦੈਟਸ ਵੈਰੀ ਈਜ਼ੀ। ਸਪੋਜ਼ ਤੁਸੀਂ ਫੈਮਿਲੀ ਰੂਮ ਦੇ ਨਾਲ ਕਿਚਨ ਤੁਹਾਡੀ ਆਸ ਪਾਸ ਹੈ, ਅਤੇ ਉਹਦੇ ਨਾਲ ਕੋਈ ਅਗਰ ਸੋਫੇ 'ਤੇ ਕੋਈ ਚੀਜ਼ ਡੁੱਲਦੀ ਹੈ ਜਾਂ ਕੋਈ ਗੰਦਾ ਹੁੰਦਾ, ਤਾਂ ਇਟਸ ਈਜ਼ੀ ਟੂ ਕਲੀਨ। ਅਗਰ ਤੁਸੀਂ ਫੈਬਰਿਕ ਲੈਂਦੇ ਹੋ, ਇਟਸ ਹਾਰਡ ਟੂ ਕਲੀਨ। ਸੋ ਫੈਬਰਿਕ ਯੂ ਕੈਨ ਪੁੱਟ ਇਨ ਲਿਵਿੰਗ ਰੂਮ ਜੀ, ਐਂਡ ਲੈਦਰ ਇਨ ਫੈਮਿਲੀ ਰੂਮ ਜੀ। ਤੁਸੀਂ ਰੀਅਲ ਲੈਦਰ ਦੀ ਗੱਲ ਕੀਤੀ ਹੈ, ਕਿਉਂਕਿ ਅਕਸਰ ਕਈ ਵਾਰੀ ਜਿਹੜੇ ਹੈਗੇ ਕਸਟਮਰਸ, ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਜਿਹੜਾ ਲੈਦਰ ਹੈਗਾ ਉਹਦੇ ਜਿਹੜਾ ਉੱਪਰ ਤੋਂ ਜਿਹੜੀ ਹੈਗੀ ਸਕਿਨ ਜਿਹੜੀ ਹੈਗੀ ਟੀਅਰ ਹੋ ਜਾਂਦੀ ਹੈ, ਹੈ ਨਾ, ਤਾਂ ਉਹ ਕਿਉਂ ਹੁੰਦਾ? ਮੈਂ ਉਹੀ ਗੱਲ ਦੱਸੀ, ਮੈਂ ਤਾਂ ਹੀ ਉਹ ਰੀਅਲ ਵਰਡ 'ਤੇ ਜ਼ਿਆਦਾ ਜ਼ੋਰ ਦਿੱਤਾ। ਸੋ ਜੇਕਰ ਤੁਸੀਂ ਫਰੈਂਡਸ ਫਰਨੀਚਰ 'ਤੇ ਆ ਰਹੇ ਹੋ, ਅਸੀਂ ਇੱਕ ਪੋਲਿਸੀ ਆਪਣੇ ਐਕਸਪੀਰੀਅੰਸ ਤੋਂ ਡਿਵੈਲਪ ਕੀਤੀ ਹੈ। ਅਸੀਂ ਫਲੋਰ ਦੇ ਉੱਪਰ, ਜੇ ਸਾਡੇ ਸਟੋਰ ਦੇ ਵਿੱਚ ਤੁਸੀਂ ਆਉਂਗੇ, ਅਸੀਂ ਆਰਟੀਫਿਸ਼ਲ ਲੈਦਰ ਦੇ ਵਿੱਚ ਕੋਈ ਸੋਫਾ ਨਹੀਂ ਕੈਰੀ ਕਰਦੇ। ਇਨਸਟੈਡ ਆਫ ਬਾਇੰਗ ਆਰਟੀਫਿਸ਼ਲ ਲੈਦਰ, ਤੁਸੀਂ ਫੈਬਰਿਕ ਬਾਏ ਕਰ ਲਓ, ਉਹ ਜ਼ਿਆਦਾ ਟਾਈਮ ਕੱਢ ਜਾਏਗਾ। ਨਹੀਂ ਤਾਂ ਰੀਅਲ ਲੈਦਰ ਦੇ ਵਿੱਚ ਤੁਸੀਂ ਬਾਇੰਗ ਕਰੋਗੇ ਤਾਂ 100% ਪ੍ਰਾਈਸ ਓਬਵੀਅਸਲੀ ਥੋੜ੍ਹੀ ਜਿਹੀ ਫੈਬਰਿਕ ਨਾਲੋਂ ਜਾਂ ਆਰਟੀਫਿਸ਼ਲ ਲੈਦਰ ਨਾਲੋਂ ਜ਼ਿਆਦਾ ਹੀ ਹੋਵੇਗੀ। ਉਹਦੀ ਡੂਰੇਬਿਲਟੀ ਉਹਦੇ ਨਾਲੋਂ ਤਕਰੀਬਨ 3-4 ਸਾਲ ਐਕਸਟਰਾ ਹੋਵੇਗੀ। ਸੋ ਅਸੀਂ ਸੁਜੈਸਟ ਕਰਾਂਗੇ ਜੀ ਰੀਅਲ ਲੈਦਰ ਵਿਚ ਇਜ਼ ਮੋਰ ਡੂਰੇਬਲ, ਤੁਸੀਂ ਉਹ 'ਚ ਬਾਇੰਗ ਕਰੋ, ਅਤੇ ਫਰੈਂਡਸ ਫਰਨੀਚਰ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬੈਟਰ ਡੀਲਸ ਇਨ ਰੀਅਲ ਲੈਦਰ ਲੈ ਕੇ ਦੇਵੇਗਾ ਜੀ। ਬਿਲਕੁਲ, ਜਿਹੜੇ ਸਾਡੇ ਵਿਊਵਰਸ ਹੁਣ ਦੇਖ ਰਹੇ ਨੇ ਉਹ ਫਰੈਂਡਸ ਫਰਨੀਚਰ 'ਤੇ ਆਉਣਾ ਚਾਹੁੰਦੇ ਨੇ ਤਾਂ ਆਪਣੀ ਲੋਕੇਸ਼ਨ ਅਤੇ ਨੰਬਰ ਇੱਕ ਵਾਰ ਸ਼ੇਅਰ ਜੀ। ਡੈਫੀਨੇਟਲੀ, ਸੋ ਫਰੈਂਡਸ ਫਰਨੀਚਰ ਦੀ ਸਭ ਤੋਂ ਬਿਗੈਸਟ ਲੋਕੇਸ਼ਨ ਇਨ ਬਰੈਂਪਟਨ, 80 ਡੈਲਟਾ ਪਾਰਕ ਬੁਲੇਵਰਡ, ਫਰੈਂਡਸ ਫਰਨੀਚਰ ਮਾਲ ਦੇ ਨਾਂ ਨਾਲ ਜਾਣੀ ਜਾਂਦੀ ਹੈ। ਤੁਸੀਂ ਸਾਡੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ, friendsfurnituremall.com ਜੀ। ਜੀ, ਅਕਸਰ ਜਿਹੜੀਆਂ ਹੈਗੀਆਂ ਔਨਲਾਈਨ ਸਰਵਿਸਿਸ 'ਤੇ ਫੋਕਸ ਕੀਤਾ ਜਾਂਦਾ, ਕੀ ਫਰੈਂਡਸ ਫਰਨੀਚਰ ਔਨਲਾਈਨ ਸਰਵਿਸਿਸ ਵੀ ਪ੍ਰੋਵਾਈਡ ਕਰਦੇ? ਹਾਂਜੀ, ਡੈਫੀਨੇਟਲੀ, ਅਸੀਂ ਫਰੈਂਡਸ ਫਰਨੀਚਰ ਮਾਲ .com 'ਤੇ ਜਾਂਦੇ ਹੋ, ਤੁਸੀਂ ਔਨਲਾਈਨ ਸ਼ੋਪਿੰਗ ਸਾਡੀ ਵੈਬਸਾਈਟ ਤੋਂ ਕਰ ਸਕਦੇ ਹੋ, ਅਤੇ ਨਾਲ ਅਸੀਂ ਕਾਫੀ ਸਾਰੀਆਂ ਵੱਡੀਆਂ ਵੈਬਸਾਈਟਸ ਦੇ ਨਾਲ ਵੀ ਲਿੰਕ ਅਪ ਕੀਤਾ ਪ੍ਰੋਡਕਟ, ਆਪਣਾ ਨਾਮ ਆਪਾਂ ਔਨ ਸਕਰੀਨ ਨਹੀਂ ਲੈਂਦੇ, ਪਰ ਤੁਸੀਂ ਸਾਡਾ ਪ੍ਰੋਡਕਟ ਸਾਡੀ ਵੈਬਸਾਈਟ ਤੋਂ ਵੀ ਬਾਏ ਕਰ ਸਕਦੇ ਹੋ ਅਤੇ ਔਨਲਾਈਨ ਸ਼ੋਪਿੰਗ ਵੀ ਕਰ ਸਕਦੇ ਹੋ ਜੀ। ਜੇ ਸਾਨੂੰ ਕੋਈ ਚੀਜ਼ ਪਸੰਦ ਆ, ਅਸੀਂ ਡਿਫਰੈਂਟ ਜਗ੍ਹਾ ਤੋਂ ਦੇਖੀ ਆ, ਕੀ ਉਸ ਤਰ੍ਹਾਂ ਨਾਲ ਕਸਟਮ ਮੇਡ ਚੀਜ਼ ਵੀ ਬਣਾਈ ਜਾਂਦੀ ਹੈ? ਹਾਂਜੀ, ਕਸਟਮ ਮੇਡ ਵੀ ਹੁੰਦਾ ਜੀ ਫਰਨੀਚਰ। ਬੇਸਿਕਲੀ ਘਰਾਂ ਦੀ ਰਿਕੁਆਇਰਮੈਂਟ, ਅੱਜ ਕੱਲ੍ਹ ਕਈ ਤਾਂ ਘਰ ਬਹੁਤ ਵੱਡੇ ਨੇ, ਕਈ ਮੀਡੀਅਮ 'ਚ ਆ ਜਾਂਦਾ, ਕਈ ਛੋਟੇ ਸਾਈਜ਼ 'ਚ ਚਲੇ ਜਾਂਦੇ ਨੇ। ਅਕੋਰਡਿੰਗਲੀ ਮੋਸਟਲੀ ਫਰਨੀਚਰ ਅਗਰ ਆਊਟ ਆਫ 100 ਆਪਾਂ ਲੈ ਕੇ ਚੱਲੀਏ, ਤਾਂ ਕਸਟਮ ਮੇਡ ਫਰਨੀਚਰ ਜਿਹੜਾ ਉਹ 60% ਰੋਲ ਅਦਾ ਕਰ ਰਿਹਾ, ਅਤੇ ਰੈਗੂਲਰ ਜਿਹੜਾ ਫਰਨੀਚਰ ਆ 40% ਜਾ ਰਿਹਾ। ਸੋ ਕਸਟਮ ਮੇਡ ਫਰਨੀਚਰ ਦਾ ਵੀ ਟ੍ਰੈਂਡ ਕਾਫੀ ਅੱਜ ਦੀ ਡੇਟ ਦੇ ਵਿੱਚ, ਐਜ਼ ਪਰ ਮਾਡਰਨ ਫਰਨੀਚਰ ਕਸਟਮ ਮੇਡ ਇਜ਼ ਆਲਸੋ ਇਨ ਟ੍ਰੈਂਡ ਜੀ। ਜੀ ਬਿਲਕੁਲ, ਇੱਕ ਵਾਰ ਫਿਰ ਤੋਂ ਆਪਣਾ ਨੰਬਰ ਅਤੇ ਜਿਹੜੀ ਹੈਗੀ ਆ ਲੋਕੇਸ਼ਨ ਜ਼ਰੂਰ। ਜੀ ਡੈਫੀਨੇਟਲੀ, ਸੋ ਫਰੈਂਡਸ ਫਰਨੀਚਰ ਮਾਲ ਜੀ, 80 ਡੈਲਟਾ ਪਾਰਕ ਬੁਲੇਵਰਡ, ਏਅਰਪੋਰਟ ਐਂਡ ਕੁਈਨ ਦੀ ਮੇਜਰ ਇੰਟਰਸੈਕਸ਼ਨ ਹੈ, ਅਤੇ ਫਰੈਂਡਸ ਫਰਨੀਚਰ ਮਾਲ .com ਵੈਬਸਾਈਟ ਤੋਂ ਜਾ ਕੇ ਜ਼ਿਆਦਾ ਜਾਣਕਾਰੀ ਮਿਲਣੀ ਹੈ। ਤੁਸੀਂ ਸਾਨੂੰ ਕਾਲ ਕਰਨੀ ਚਾਹੁੰਦੇ ਹੋ, 647-7400 ਜੀ। ਜੀ ਅਵਤਾਰ ਜੀ, ਹੋਰ ਵੀ ਕਾਫੀ ਸਵਾਲ ਨੇ, ਮੈਜ਼ਰਮੈਂਟ ਕਿਵੇਂ ਅਹਿਮ ਰੋਲ ਅਦਾ ਕਰਦੀ ਹੈ, ਪਰ ਅਸੀਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਜੁੜਦੇ ਹਾਂ। ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਵਾਪਸ ਆਉਂਦੇ ਹਾਂ ਵਕਫੇ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ, ਅਸੀਂ ਗੱਲ ਕਰ ਰਹੇ ਸੀ ਫਰੈਂਡਸ ਫਰਨੀਚਰ ਤੋਂ ਅਵਤਾਰ ਜੀ ਦੇ ਨਾਲ, ਤੁਹਾਡਾ ਬਹੁਤ ਬਹੁਤ ਸਵਾਗਤ ਫਿਰ ਤੋਂ। ਅਵਤਾਰ ਜੀ, ਅਸੀਂ ਕਸਟਮ ਮੇਡ ਸੋਫੇ ਦੀ, ਕਸਟਮ ਮੇਡ ਜਿਹੜਾ ਹੈਗਾ ਫਰਨੀਚਰ ਉਹਦੀ ਗੱਲ ਕਰ ਰਹੇ ਸੀ, ਕਿਸ ਤਰ੍ਹਾਂ ਇਹ ਜਿਹੜਾ ਹੈਗਾ ਕਸਟਮ ਮੇਡ ਅਸੀਂ ਚੀਜ਼ਾਂ ਬਣਵਾ ਸਕਦੇ ਹਾਂ। ਡੈਫੀਨੇਟਲੀ ਜੀ, ਕਸਟਮ ਮੇਡ ਫਰਨੀਚਰ ਜਿਵੇਂ ਪਹਿਲਾਂ ਵੀ ਆਪਾਂ ਬ੍ਰੇਕ ਤੋਂ ਪਹਿਲਾਂ ਵੀ ਗੱਲ ਕਰਕੇ ਗਏ ਹਾਂ, ਸੋ ਕਸਟਮ ਮੇਡ ਫਰਨੀਚਰ ਕਹਿ ਲਓ, ਮਾਡਰਨ ਫਰਨੀਚਰ ਕਹਿ ਲਓ, ਕਾਫੀ ਟ੍ਰੈਂਡ ਹੈ। ਅਗਰ ਅਸੀਂ ਛੋਟੀ ਜਿਹੀ ਜੀ ਗੂਗਲ 'ਤੇ ਸਰਚ ਕਰਾਂਗੇ ਨਾ, ਕੋਈ ਵੀ ਕਲਾਇੰਟਸ ਫਰਨੀਚਰ ਲੈਣ ਆਉਂਦਾ ਅਤੇ ਉਹ ਕਹਿਣਗੇ ਜੀ ਸੋਫਾ ਸੈੱਟ ਲੈਣਾ, ਪਰ ਘਰ ਦੇ ਵਿੱਚ ਕਿਉਂਕਿ ਆਪਾਂ ਸੋਫੇ ਦਾ ਇੱਕ ਟ੍ਰੈਂਡ ਹੋ ਗਿਆ ਕਿ ਘਰ 'ਚ ਸੋਫਾ ਰੱਖਣਾ, ਪਰ ਡਿਪੈਂਡ ਕਰਦਾ ਵੀ ਤੁਹਾਡੇ ਘਰ ਦੇ ਵਿੱਚ ਸੋਫਾ ਲੱਗਣਾ, ਨਾਲ ਟੂ ਸੀਟਰ ਪੀਸ ਲੱਗਣਾ, ਸਿੰਗਲ ਚੇਅਰ ਲੱਗਣੀ ਹੈ ਵੀ ਕਿ ਨਹੀਂ ਲੱਗਣੀ। ਸੋ ਉਹਦੇ 'ਚ ਕੀ ਆ, ਸਾਡਾ ਐਕਸਟਰਾ ਪੀਸਿਸ ਲੈ ਕੇ, ਪਹਿਲਾਂ ਤਾਂ ਮਨੀ ਵੇਸਟ ਹੁੰਦੀ ਹੈ, ਸੈਕਿੰਡ ਆਫ ਆਲ ਸਾਨੂੰ ਜਿਹੜੀ ਉਹ ਪੀ ਜਗ੍ਹਾ ਆ ਉਹ ਕੰਜਸਟਡ ਹੋ ਜਾਂਦੀ। ਸੋ ਉਹਦੇ 'ਚ ਅਸੀਂ ਕੀ ਸੁਜੈਸਟ ਕਰਦੇ ਹਾਂ ਲਿਸਨਰਸ ਨੂੰ, ਈਵਨ ਸਾਡੇ ਕਲਾਇੰਟਸ ਕਈ ਸਾਡੀਆਂ ਸਰਵਿਸਿਜ਼ ਅਵੇਲ ਵੀ ਕਰ ਰਹੇ ਨੇ, ਜਿਹੜੀ ਸਾਡੇ ਕੋਲ ਕਾਫੀ ਸਾਰੇ ਡਿਜ਼ਾਈਨਰਸ ਔਨ ਸਾਈਟ ਕੰਮ ਕਰਦੇ ਨੇ ਜੀ, ਜਿਹਦੇ ਵਿੱਚ ਸਾਡੇ ਨਾਲ ਕਈ ਇਟਾਲੀਅਨ ਕੰਪਨੀਜ਼ ਦਾ ਕੰਟਰੈਕਟ ਹੈਗਾ। ਤੁਸੀਂ ਵਨ ਟਾਈਮ ਵਿਜ਼ਿਟ ਸਾਡੇ ਡਿਜ਼ਾਈਨਰਸ ਵੱਲੋਂ ਐਬਸੋਲੂਟਲੀ ਫ੍ਰੀ ਲੈ ਸਕਦੇ ਹੋ। ਸੋ ਜਿਹੜੇ ਵੀ ਕਲਾਇੰਟਸ ਇਸ ਸਰਵਿਸਿਜ਼ ਨੂੰ ਲੈਣਾ ਚਾਹੁੰਦੇ ਨੇ, ਅਸੀਂ ਸੁਜੈਸਟ ਕਰਾਂਗੇ ਹਰ ਇੱਕ ਕਲਾਇੰਟ ਜਿਹੜਾ ਪੂਰੇ ਘਰ ਦਾ ਸਮਾਨ ਲੈਣਾ ਚਾਹੁੰਦਾ, ਚਾਹੇ ਦੋ ਸੋਫਾ ਸੈੱਟਸ ਲੈਣਾ ਚਾਹੁੰਦਾ, ਚਾਹੇ ਇੱਕ ਸੋਫਾ ਸੈੱਟ ਵੀ ਲੈਣਾ ਚਾਹੁੰਦਾ, ਅਤੇ ਉਹ ਜਿਹੜੀ ਸਰਵਿਸਿਜ਼ ਨੇ ਤੁਸੀਂ ਸਾਨੂੰ ਕਾਲ ਕਰੋ, ਸਾਡਾ ਡਿਜ਼ਾਈਨਰ ਵਨ ਟਾਈਮ ਫ੍ਰੀ ਆ ਕੇ ਸਾਨੂੰ ਉਹ ਕੰਸਨਟ੍ਰੇਸ਼ਨ ਦੇਵੇਗਾ ਵੀ ਇਹਦੇ ਵਿੱਚ ਤੁਸੀਂ ਸੋਫਾ ਰੱਖੋ, ਲਵ ਸੀਟ ਰੱਖੋ, ਚੇਅਰ ਰੱਖੋ, ਮੈਜਰਮੈਂਟਸ ਕਰੇਗਾ ਪ੍ਰੋਪਰਲੀ, ਤਾਂ ਕਿ ਤੁਹਾਡੀ ਜਿਹੜੀ ਸੀ ਇਹ ਚੀਜ਼ ਤੁਸੀਂ ਆਪਣੇ ਕੀਮਤੀ ਪੈਸੇ ਖਰਚਣੇ ਨੇ ਫਰਨੀਚਰ ਦੇ, ਉਹ ਬਿਲਕੁਲ ਸਪੈਸੀਫਿਕਲੀ ਉਸ ਰੇਂਜ ਦੇ ਵਿੱਚ ਲੱਗੇ ਜੀ। ਬਿਲਕੁਲ ਅਵਤਾਰ ਜੀ, ਇਹ ਬਹੁਤ ਵਧੀਆ ਚੀਜ਼ ਹੈ ਕਿ ਤੁਸੀਂ ਕਿਹਾ ਤੁਹਾਡਾ ਡਿਜ਼ਾਈਨਰ ਖੁਦ ਜਾ ਕੇ ਸੁਜੈਸ਼ਨ ਦੇਗਾ। ਅਕਸਰ ਅਸੀਂ ਕੀ ਕਰਦੇ ਹਾਂ ਕਿ ਫਰਨੀਚਰ ਅਸੀਂ ਲੈ ਲਿਆ ਔਰ ਸਾਡਾ ਸੈੱਟ ਨਹੀਂ ਆ ਰਿਹਾ, ਸਾਡੀ ਸਪੇਸ ਡਿਫਰੈਂਟ ਆ, ਚੋਇਸ ਸਾਡੀ ਡਿਫਰੈਂਟ ਹੋ ਗਈ ਅਤੇ ਘਰ ਦੇ ਹਿਸਾਬ ਨਾਲ ਜੇ ਸਪੇਸ ਜ਼ਿਆਦਾ ਹੈਗੀ ਆ। ਸੋ ਮੇਰਾ ਅਗਲਾ ਸਵਾਲ ਹੀ ਇਹ ਸੀਗਾ ਕਿ ਮੈਜਰਮੈਂਟ ਕਿੰਨਾ ਰੋਲ ਅਦਾ ਕਰਦੀ ਆ ਫਰਨੀਚਰ ਲੈਣ ਤੋਂ ਪਹਿਲਾਂ? ਬਹੁਤ ਜ਼ਿਆਦਾ ਮੈਜਰਮੈਂਟ ਰੋਲ ਅਦਾ ਕਰਦੀ ਹੈ ਜੀ। ਸੋ ਬੇਸਿਕਲੀ ਅਗਰ ਆਪਾਂ ਸਹੀ ਡਾਇਰੈਕਸ਼ਨ 'ਚ ਸਹੀ ਮੈਜਰਮੈਂਟ 'ਚ ਫਰਨੀਚਰ ਪਿਆ ਹੋਵੇਗਾ, ਚਾਹੇ ਥੋੜ੍ਹੇ ਪੀਸ ਵੀ ਪਏ ਨੇ, ਚਾਹੇ ਉਹ ਤੁਸੀਂ ਹਾਈ ਐਂਡ ਦਾ ਮੀਡੀਅਮ ਲੋ ਐਂਡ ਜਿਹੜਾ ਮਰਜ਼ੀ ਫਰਨੀਚਰ ਰੱਖੋ, ਉਹਦੀ ਲੁੱਕ ਓਨੀ ਇਨਹਾਂਸ ਹੋ ਜਾਂਦੀ ਹੈ। ਸੋ ਅਕੋਰਡਿੰਗਲੀ ਅਸੀਂ ਰਿਕਮੈਂਡ ਕਰਾਂਗੇ ਕਲਾਇੰਟਸ ਨੂੰ ਵੀ, ਆਪਣੇ ਲਿਸਨਰਸ ਨੂੰ ਵੀ, ਕਿ ਤੁਸੀਂ ਅਗਰ ਫਰੈਂਡਸ ਫਰਨੀਚਰ 'ਤੇ ਆ ਰਹੇ ਹੋ ਜਾਂ ਆਉਣਾ ਚਾਹੁੰਦੇ ਹੋ, ਅਤੇ ਉਸ ਤੋਂ ਪਹਿਲਾਂ ਸਾਡੇ ਡਿਜ਼ਾਈਨਰਸ ਦੀ ਸਲਾਹ ਲੈ ਲਓ, ਤਾਂ ਕਿ ਤੁਹਾਨੂੰ ਉਹਦੇ ਵਿੱਚ ਜਿਹੜੀ ਸੇਵਿੰਗਸ ਹੈ ਉਹ ਵੀ ਹੋਣਗੀਆਂ, ਅਤੇ ਨਾਲ ਇੱਕ ਪਰਫੈਕਟ ਡਿਜ਼ਾਈਨ ਤੁਸੀਂ ਸਿਲੈਕਟ ਕਰਕੇ ਆਪਣੇ ਘਰ ਇੱਕ ਚੀਜ਼ ਵਧੀਆ ਲੈ ਕੇ ਜਾ ਸਕਦੇ ਹੋ। ਅਵਤਾਰ ਜੀ, ਇਹ ਆਈਡੀਆ ਜਿਹੜਾ ਡਿਜ਼ਾਈਨਰ ਦਾ ਆਈਡੀਆ ਹੈ, ਮੈਨੂੰ ਬਹੁਤ ਵਧੀਆ ਲੱਗਿਆ, ਕਿਉਂਕਿ ਅਕਸਰ ਅਸੀਂ ਡਿਜ਼ਾਈਨ ਕਰਨ ਲਈ ਹੀ ਫਰਨੀਚਰ ਲੈ ਰਹੇ ਹਾਂ, ਔਰ ਕਈ ਵਾਰੀ ਫਰਨੀਚਰ ਦੇ ਨਾਲ ਮੈਚਿੰਗ ਅਸੀਂ ਲੈਂਪ ਸ਼ੇਡ ਲੈਣਾ ਹੈਗਾ, ਮੈਚਿੰਗ ਚੀਜ਼ਾਂ ਜਿਹੜੀਆਂ ਹੈਗੀਆਂ ਕਰਨੀਆਂ, ਤਾਂ ਉਹਦੇ 'ਚ ਸਾਨੂੰ ਇੱਕ ਐਕਸਟਰਾ ਸਲਾਹ ਮਿਲ ਰਹੀ ਹੈ ਨਾ ਜੀ। ਬੇਸਿਕਲੀ ਕੀ ਹੈ ਜੀ, ਹਰ ਕੋਈ ਫਰਨੀਚਰ ਲੈਣ ਬਾਰੇ ਕੰਜ਼ਿਊਮਰ ਅੱਜ ਕੱਲ੍ਹ ਸਾਡੇ ਨਾਲੋਂ ਜ਼ਿਆਦਾ ਐਜੂਕੇਟਡ ਨੇ, ਬਟ ਅਸੀਂ ਇਹ ਸੁਜੈਸਟ ਕਰਾਂਗੇ ਕਿ ਇੱਕ ਪ੍ਰੋਫੈਸ਼ਨਲ ਜਿਹੜਾ ਡਿਜ਼ਾਈਨਰ ਹੈ ਉਹਦੀ ਫੁੱਲ ਟਾਈਮ ਇਹੀ ਜੋਬ ਹੈ, ਹੀ ਨੋਜ਼ ਮੋਰ ਬੈਟਰ ਦੈਨ ਅਸ। ਸੋ ਅਸੀਂ ਸੁਜੈਸਟ ਕਰਾਂਗੇ ਕਿ ਫਰੈਂਡਸ ਫਰਨੀਚਰ ਮਾਲ 'ਤੇ ਜੇਕਰ ਤੁਸੀਂ ਆ ਰਹੇ ਹੋ, ਫਸਟ ਵਿਜ਼ਿਟ ਤੁਹਾਡੇ ਘਰ ਸਾਡਾ ਡਿਜ਼ਾਈਨਰ ਫ੍ਰੀ ਕਰੇਗਾ, ਆਫਟਰਵਰਡਸ ਅਗਰ ਤੁਸੀਂ ਉਹਦੀਆਂ ਸਰਵਿਸਿਜ਼ ਲੈਣੀਆਂ ਚਾਹੁੰਦੇ ਹੋ ਬੈਟਰ ਹੈ, ਨਹੀਂ ਲੈਣੀਆਂ ਚਾਹੁੰਦੇ ਤਾਂ ਤੁਸੀਂ ਆਪਣਾ ਫਰਨੀਚਰ ਖੁਦ ਵੀ ਡਿਸਾਈਡ ਕਰੋ ਆ ਕੇ, ਅਤੇ ਬਟ ਹੀ ਵਿਲ ਸੁਜੈਸਟ ਯੂ ਅਦਰ ਕਿ ਸੋਫਾ ਲਓ, ਟੂ ਸੀਟਰ ਲਵ ਸੀਟ ਲਓ, ਐਕਸਨ ਚੇਅਰ ਲਓ, ਬੈੱਡ ਲੈਣਾ ਕਿੰਨੇ ਪੀਸਿਸ ਦਾ ਬੈੱਡ ਲਓ, ਕਿੰਨਾ ਨਾ ਲਓ, ਉਹਦੇ ਨਾਲ ਵੀ ਕਾਫੀ ਹੈਲਪ ਹੋ ਜਾਂਦੀ ਹੈ ਜੀ। ਬਿਲਕੁਲ, ਇਹ ਇਸ ਤੋਂ ਅੱਗੇ ਕੀਮਤਾਂ ਸ਼ੁਰੂ ਹੋ ਜਾਂਦੀਆਂ ਨੇ ਨਾ, ਤਾਂ ਫਰੈਂਡ ਫਰਨੀਚਰ ਜਿਹੜਾ ਹੈਗਾ ਕੀਮਤਾਂ ਦੇ ਵਿੱਚ ਕਿਸ ਤਰ੍ਹਾਂ, ਕਿਉਂਕਿ ਅਕਸਰ ਹੁੰਦਾ ਕਿ ਗੇਮਿਕਸ ਹੁੰਦੀਆਂ ਨੇ ਕਿ $1,000 ਦੀ ਕੋਈ ਚੀਜ਼ ਲੱਗੀ ਆ ਬਟ ਸਾਨੂੰ $400 'ਚ ਵੀ ਮਿਲ ਜਾਂਦੀ ਆ, ਤਾਂ ਫਰੈਂਡਸ ਫਰਨੀਚਰ ਕਿਸ ਤਰ੍ਹਾਂ ਡੀਲ? ਡੈਫੀਨੇਟਲੀ ਜੀ, ਬਹੁਤ ਵਧੀਆ ਦਰੁਸਤ ਕੁਐਸਚਨ ਹੈ। ਸੋ ਫਰੈਂਡਸ ਫਰਨੀਚਰ ਕਿਵੇਂ ਪ੍ਰਾਈਜ਼ ਘੱਟ ਲਿਆਉਣ 'ਚ ਰੋਲ ਅਦਾ ਕਰਦਾ? ਸੋ ਸਭ ਤੋਂ ਪਹਿਲਾਂ ਤਾਂ ਫਰੈਂਡਸ ਫਰਨੀਚਰ 'ਤੇ ਜਿੰਨੇ ਵੀ ਸਾਡੇ ਲਿਸਨਰਸ ਸਾਡੇ ਕੋਲ ਪਹੁੰਚਦੇ ਨੇ, ਜਿਹੜੀਆਂ ਸਾਡੀਆਂ ਡੀਲਸ ਅਸੀਂ ਚਾਹੇ ਕਹਿ ਲਓ ਟੀਵੀ 'ਤੇ, ਚਾਹੇ ਕਿਤੇ ਵੀ ਮੋਡ ਆਫ ਐਡਵਰਟਾਈਜ਼ਮੈਂਟ ਦੇ ਥਰੂ ਐਡਵਰਟਾਈਜ਼ ਕਰਦੇ ਹਾਂ, ਉਹ ਸਾਡੇ ਕੋਲ ਇਨ ਸਟੋਕ ਹੁੰਦੀਆਂ ਨੇ। ਸੋ ਅਗਰ ਤੁਸੀਂ 80 ਡੈਲਟਾ ਪਾਰਕ ਬੁਲੇਵਰਡ 'ਤੇ ਵੱਡੇ ਸਾਰੇ ਮਾਲ 'ਚ ਵੈਲਕਮ ਕੀਤਾ, ਅਤੇ ਨਾਲ ਦੀ ਬਿਲਡਿੰਗ ਦੇ ਵਿੱਚ ਵੇਅਰ ਹਾਊਸ ਦੇ ਵਿੱਚ ਅਸੀਂ ਸਾਰਾ ਸਮਾਨ ਇਨ ਸਟੋਕ ਕਰੀਦਾ। ਸੋ ਸਾਡੀਆਂ ਮਲਟੀਪਲ ਲੋਕੇਸ਼ਨਸ ਨੇ, ਉਹਦੇ ਨਾਲ ਕੀ ਹੁੰਦਾ ਜੀ, ਜੇ ਸਪੋਜ਼ ਇੱਕ ਸੋਫਾ ਸੈੱਟ ਲੈਣ ਜਾਂਦੇ ਹਾਂ, ਚਾਹੇ ਉਹ ਕੰਜ਼ਿਊਮਰ ਹੈ ਚਾਹੇ ਅਸੀਂ ਲੈਣ ਜਾਂਦੇ ਹਾਂ ਆਪਣੇ ਸਪਲਾਇਰਸ ਤੋਂ, ਆਪਣੇ ਫਰੈਂਚਾਈਜ਼ ਡੀਲਰਸ ਤੋਂ, ਅਤੇ ਉਹਦੀ ਪ੍ਰਾਈਜ਼ ਸਾਨੂੰ ਡਿਫਰੈਂਟ ਹੈ। ਅਦਰਵਾਈਜ਼ ਅਗਰ ਅਸੀਂ ਉਹਦਾ ਇੱਕ ਕੰਟੇਨਰ ਬਾਏ ਕਰਦੇ ਹਾਂ ਤਾਂ ਉਹਦੀ ਪ੍ਰਾਈਜ਼ ਡਿਫਰੈਂਟ ਹੈ। ਸੋ ਕੰਟੇਨਰ ਲਿਆ ਕੇ ਇੱਕ ਸਟੋਰ ਤੋਂ ਵੇਚਣਾ ਬਹੁਤ ਔਖਾ ਹੈ, ਜਦੋਂ ਮਲਟੀਪਲ ਲੋਕੇਸ਼ਨਸ ਨੇ ਤੁਸੀਂ ਉਹ ਕੰਟੇਨਰ ਲਿਆਉਂਦੇ ਹੋ, ਅਸੀਂ ਉਹ ਲੋਕੇਸ਼ਨਸ 'ਤੇ ਡਿਸਟ੍ਰੀਬਿਊਟ ਕਰਦੇ ਹਾਂ, ਤਾਂ ਉਹਦੇ ਨਾਲ ਸਾਡੀ ਜਿਹੜੀ ਪ੍ਰੋਡਕਟ ਜਲਦੀ ਵਿਕਦਾ, ਅਤੇ ਪਲੱਸ ਪ੍ਰਾਈਜ਼ ਜਿਹੜੀ ਹੈ ਕੰਜ਼ਿਊਮਰ ਤੱਕ ਜਾਂਦੀ ਹੈ, ਦੈਟ ਇਜ਼ ਫੁੱਲੀ ਨੈਗੋਸ਼ੀਏਟਡ। ਸੋ ਗੇਮਿਕਸ ਹੁੰਦੇ ਨੇ, ਓਬਵੀਅਸਲੀ ਕਾਫੀ ਸਾਰੇ ਤੁਸੀਂ ਸਟੋਰਸ 'ਤੇ ਜਾਂਦੇ ਹੋ, ਜਿਹੜੀ ਆਈਟਮ ਦੀ ਜੋ ਪ੍ਰਾਈਜ਼ ਹੁੰਦੀ ਹੈ ਉਹ ਨਹੀਂ ਦਿੱਤੀ ਜਾਂਦੀ, ਡਿਫਰੈਂਟ ਘੱਟ ਦਿੱਤੀ ਜਾਂਦੀ ਹੈ, ਬਟ ਜੇਕਰ ਤੁਸੀਂ ਫਰੈਂਡਸ ਫਰਨੀਚਰ 'ਤੇ ਆ ਰਹੇ ਹੋ ਅਤੇ ਉਹ
ਉਹੀ ਪ੍ਰਾਈਜ਼ ਦਿੱਤੀ ਜਾਣੀ ਹੈ ਜਿਹੜੀ ਕਿ ਤੁਹਾਨੂੰ ਦੇ ਸਕਦੇ ਹਾਂ, ਅਤੇ ਪ੍ਰੋਡਕਟ ਦੀ ਕੁਆਲਿਟੀ 100% ਸ਼ੋਰਟ ਜੋ ਫਲੋਰ ਦੇ ਉੱਪਰ ਹੋਏਗਾ ਉਹੀ ਤੁਹਾਡੇ ਘਰ ਆਵੇ ਜੀ। ਬਿਲਕੁਲ, ਔਨਲਾਈਨ ਸਰਵਿਸਿਜ਼ ਵੀ ਹੋ ਗਈਆਂ, ਪਰ ਫਰੈਂਡਸ ਫਰਨੀਚਰ ਕਾਫੀ ਦੂਰ ਤੱਕ ਜਿਹੜੀਆਂ ਹੈਗੀਆਂ ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਡਿਲੀਵਰੀ ਦੇ ਵਿੱਚ ਜੀ, ਤਾਂ ਡਿਲੀਵਰੀ ਕਿਸ ਤਰ੍ਹਾਂ ਫਰੀ ਹੈ? ਨਹੀਂ, ਡੈਫੀਨੇਟਲੀ ਡਿਪੈਂਡ ਕਰਦਾ ਜੀ ਡਿਲੀਵਰੀ ਦੇ ਉੱਪਰ। ਜਿਹੜੀ ਜੀ ਟੀ ਏ ਦੇ ਅੰਦਰ ਡਿਲੀਵਰੀ ਕਹਿ ਲਓ, ਉਹ ਅਸੀਂ ਐਬਸੋਲੂਟਲੀ ਇਨਕਲੂਡਿਡ ਫਰੀ ਆਫ ਕੋਸਟ ਕਰਦੇ ਹਾਂ। ਸੋ ਫਰੈਂਡਸ ਫਰਨੀਚਰ ਮਾਲ 'ਤੇ ਤੁਸੀਂ ਪਹੁੰਚ ਰਹੇ ਹੋ, ਸਾਡੀਆਂ ਲੋਕੇਸ਼ਨਸ ਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਵੈਬਸਾਈਟ 'ਤੇ ਜਾ ਸਕਦੇ ਨੇ ਆਪਣੇ ਲਿਸਨਰਸ ਦਰਸ਼ਕ, ਫਰੈਂਡਸ ਫਰਨੀਚਰ ਮਾਲ .com ਜੀ। ਜੀ, ਕਿਉਂਕਿ ਪ੍ਰਾਈਮ ਏਸ਼ੀਆ ਟੀ ਵੀ ਨੂੰ ਕਾਫੀ ਦੂਰ ਤੱਕ ਦੇਖਿਆ ਜਾਂਦਾ, ਜੇ ਕੋਈ ਦੂਰ ਦਾ ਜਿਹੜਾ ਕਸਟਮਰ ਆ ਤੁਹਾਨੂੰ ਸੰਪਰਕ ਕਰਦਾ ਹੈਗਾ ਤਾਂ ਫਿਰ ਉਹਨਾਂ ਨੂੰ ਕੋਈ ਰਿਆਇਤ ਦਿੱਤੀ ਜਾਏਗੀ? ਡੈਫੀਨੇਟਲੀ ਦਿੱਤੀ ਜਾਏਗੀ ਜੀ। ਸੋ ਪ੍ਰਾਈਮ ਏਸ਼ੀਆ ਦਾ ਰੈਫਰੈਂਸ ਦੇ ਕੇ ਜਿੰਨੇ ਵੀ ਲਿਸਨਰਸ ਦਰਸ਼ਕ ਸਾਨੂੰ ਕਾਲ ਕਰਨਗੇ, ਵਿਜ਼ਿਟ ਕਰਨਗੇ, ਉਹਨਾਂ ਲਈ ਇੱਕ ਐਕਸਟਰਾ 25% ਦਾ ਕੂਪਨ ਆਪਾਂ ਅੱਜ ਰੱਖ ਦਿੰਦੇ ਹਾਂ, 25% ਐਕਸਟਰਾ ਡਿਸਕਾਊਂਟ ਹੋਏਗਾ। ਤੁਸੀਂ ਰੈਫਰੈਂਸ ਦੇਣਾ ਪ੍ਰਾਈਮ ਏਸ਼ੀਆ ਦਾ, ਇੰਟਰਵਿਊ ਦੇ ਦੌਰਾਨ ਤੁਸੀਂ ਸਾਨੂੰ ਸੁਣ ਰਹੇ ਹੋ ਅਤੇ ਸਾਡਾ ਰੈਫਰੈਂਸ ਦਿੰਦੇ ਹੋ ਤਾਂ ਤੁਹਾਨੂੰ 25% ਐਕਸਟਰਾ ਆਫ ਔਨ ਦਾ ਟੋਟਲ ਡੀਲ ਦਿੱਤਾ ਜਾਵੇਗਾ ਜੀ। ਅਵਤਾਰ ਜੀ, ਅਕਸਰ ਕਈ ਲੋਕ ਬ੍ਰਾਂਡਸ ਦੇ ਉੱਤੇ ਸਟੱਕ ਹੋ ਜਾਂਦੇ ਨੇ ਕਿ ਸਾਨੂੰ ਆਹੀ ਬ੍ਰਾਂਡ ਜਿਹੜਾ ਹੈਗਾ ਪਰਟੀਕੁਲਰਲੀ ਪਸੰਦ ਆ, ਤਾਂ ਫਰੈਂਡਸ ਫਰਨੀਚਰ ਕਿਹੜੇ ਕਿਹੜੇ ਬ੍ਰਾਂਡ ਜਿਹੜੇ ਹੈਗੇ ਕੈਰੀ ਕਰਦਾ? ਡੈਫੀਨੇਟਲੀ ਜੀ। ਸੋ ਫਰੈਂਡਸ ਫਰਨੀਚਰ ਮਾਲ, ਖੁਦ ਮੈਂ ਇੱਕੋ ਹੀ ਗੱਲ ਕਹੂੰਗਾ ਜੀ, ਅਗਰ ਬ੍ਰਾਂਡਸ ਸਾਰੇ ਅਸੀਂ ਕੈਰੀ ਕਰਦੇ ਹਾਂ, ਨੋ ਮੈਟਰ ਵਟ, ਜਿਹੜਾ ਮਰਜ਼ੀ ਬ੍ਰਾਂਡ ਤੁਸੀਂ ਲੈ ਲਓ, ਅਸੀਂ ਤਾਂ ਫਰੈਂਡਸ ਫਰਨੀਚਰ ਮਾਲ ਨੂੰ ਪਹਿਲਾਂ ਬ੍ਰਾਂਡ ਬਣਾਉਣਾ ਹੈ। ਸੋ ਜੇ ਅਸੀਂ ਆਪ ਖੁਦ ਇੱਕ ਬ੍ਰਾਂਡ ਹੋਵਾਂਗੇ, ਸਾਡੇ ਕੰਜ਼ਿਊਮਰ ਸਾਡੇ ਕੋਲ ਆਉਣਗੇ, ਫਿਰ ਜਿਹੜਾ ਮਰਜ਼ੀ ਬ੍ਰਾਂਡ ਸਾਡੇ ਤੋਂ ਲੈ ਲੈਣ। ਮੈਂ ਸਾਰੇ ਸਾਰੇ ਬ੍ਰਾਂਡਸ ਦਾ ਹੁਣ ਨਾਂ ਲੈਣ ਲੱਗਾ ਤਾਂ ਕਾਫੀ ਸਾਰੇ ਹੋ ਜਾਣੇ ਨੇ, ਮਾਈਕਲ ਮਿਨੀ ਜਿਹੜਾ ਵਰਲਡਸ ਬਿਗੈਸਟ ਬ੍ਰਾਂਡ ਨੇਮ ਇਨ ਫਰਨੀਚਰ, ਅਸੀਂ ਉਹਦੇ ਆਥੋਰਾਈਜ਼ਡ ਡੀਲਰ ਹਾਂ ਔਨ ਦੇਅਰ ਵੈਬਸਾਈਟ। ਸੋ ਕਾਫੀ ਸਾਰੇ ਹੋਰ ਬ੍ਰਾਂਡ ਨੇਮਸ ਨੇ, ਬਟ ਫਰੈਂਡਸ ਫਰਨੀਚਰ ਮਾਲ ਖੁਦ ਆਪ ਤੁਹਾਨੂੰ ਕੌਨਫੀਡੈਂਸ ਦੇ ਨਾਲ ਕਹਿ ਰਿਹਾ ਕਿ ਅਸੀਂ ਇੱਕ ਖੁਦ ਬ੍ਰਾਂਡ ਅਤੇ ਆਪਣੇ ਕੰਜ਼ਿਊਮਰਸ ਦੀ ਸਰਵਿਸਿਜ਼ ਗੁੱਡਸ ਦੇ ਲਈ ਅਸੀਂ ਐਜ਼ ਅ ਬ੍ਰਾਂਡ ਸਟੈਂਡ ਕਰਦੇ ਹਾਂ। ਜਿਹੜੀ ਮਰਜ਼ੀ ਆਈਟਮ ਆ ਕੇ ਲਓ, ਫਰੈਂਡਸ ਫਰਨੀਚਰ ਉਹਦੇ ਬੈਕ 'ਤੇ ਸਟੈਂਡ ਕਰਕੇ ਐਜ਼ ਅ ਕੁਆਲਿਟੀ ਐਜ਼ ਅ ਪ੍ਰਾਈਜ਼ ਤੁਹਾਨੂੰ ਕਮਿਟਡ ਦੇਵਾਂਗੇ ਜੀ। ਅਵਤਾਰ ਜੀ, ਅਕਸਰ ਅਸੀਂ ਫਰਨੀਚਰ ਲੈ ਲਿਆ, ਉਸ ਤੋਂ ਬਾਅਦ ਜੇ ਕੋਈ ਫਰਨੀਚਰ 'ਚ ਕੋਈ ਪ੍ਰੋਬਲਮ ਆਈ, ਸੋਫੇ ਦਾ ਕੋਈ ਸਪਰਿੰਗ ਟੁੱਟ ਗਿਆ ਜਾਂ ਕੋਈ ਵੀ ਐਵੇਂ ਦੀ ਪ੍ਰੋਬਲਮ ਆਈ, ਤਾਂ ਫਿਰ ਤੁਸੀਂ ਕਿਹੋ ਜਿਹੀਆਂ ਸਰਵਿਸਿਜ਼ ਦਿੰਦੇ ਹੋ? ਡੈਫੀਨੇਟਲੀ ਜੀ, ਬਹੁਤ ਵਧੀਆ ਕੁਐਸਚਨ। ਸੋ ਫਰੈਂਡਸ ਫਰਨੀਚਰ ਤੋਂ ਚਾਹੇ ਆਪਣੇ ਕੰਜ਼ਿਊਮਰ ਜਿਹੜੇ ਨੇ ਵਾਰੰਟੀ ਬਾਏ ਕਰਨ ਚਾਹੇ ਨਾ, 1 ਈਅਰ ਵਾਰੰਟੀ ਅਸੀਂ ਇਨਕਲੂਸਿਵ ਦਿੰਦੇ ਹਾਂ। ਚਾਹੇ ਉਹ ਸੋਫਾ ਹੈ, ਚਾਹੇ ਉਹ ਬੈੱਡ ਹੈ, ਚਾਹੇ ਉਹ ਡਾਇਨਿੰਗ ਹੈ, ਚਾਹੇ ਉਹ ਇਕੱਲਾ ਕੌਫੀ ਟੇਬਲ ਹੈ, ਮੈਟਰਸ ਹੈ, 1 ਈਅਰ ਵਾਰੰਟੀ ਵਿਦਾਊਟ ਐਨੀ ਮਨੀ, ਵਿਦਾਊਟ ਐਨੀ ਚਾਰਜ ਔਨ ਦਾ ਵਾਰੰਟੀ ਕਵਰ ਅਪ ਕੀਤਾ ਜਾਂਦਾ ਹੈ। ਇਨ ਫਿਊਚਰ ਸਪੋਜ਼ ਆਫਟਰ 1 ਈਅਰ, 2 ਈਅਰਸ, 3 ਈਅਰਸ ਤੁਸੀਂ ਲੈਣੀ ਚਾਹੁੰਦੇ ਹੋ, ਉਹਦੀ ਵਾਰੰਟੀਜ਼ ਜਿਹੜੀਆਂ ਨੇ ਤੁਹਾਨੂੰ ਐਕਸਟਰਾ ਪੇ ਕਰਨਾ ਪੈਂਦਾ, ਉਹ ਵੀ ਵਾਰੰਟੀਜ਼ ਤੁਸੀਂ ਬਾਏ ਕਰਦੇ ਹੋ, ਅਤੇ ਅਸੀਂ ਸਰਵਿਸਿਜ਼ ਡੈਫੀਨੇਟਲੀ ਤੁਹਾਨੂੰ ਦੇਵਾਂਗੇ, ਚਾਹੇ ਉਹਦੀ ਰਿਪੇਅਰ ਹੋਵੇ, ਚਾਹੇ ਉਹਦੀ ਰਿਪਲੇਸਮੈਂਟ ਹੋਵੇ। ਕਿਉਂਕਿ ਕੰਜ਼ਿਊਮਰ ਨਿਬੜਦੀ ਗੱਲ ਇੱਥੇ ਹੈ ਜੀ, ਕੰਜ਼ਿਊਮਰ ਜਿਹੜਾ ਹੈ ਤੁਸੀਂ ਕਿਸੇ ਨਾ ਕਿਸੇ ਤਰੀਕੇ ਇੱਕ ਦਫ਼ਾ ਤਾਂ ਆਪਣੇ ਸਟੋਰ 'ਤੇ ਸੱਦ ਲੈਂਦੇ ਹੋ, ਬਟ ਉਸ ਤੋਂ ਬਾਅਦ ਉਹਨੂੰ ਕਿੱਦਾਂ ਤੁਸੀਂ ਰਿਟੇਨ ਰੱਖਣਾ ਫਰੈਂਡਸ ਫਰਨੀਚਰ ਦੇ ਨਾਲ, ਉਹ ਸਾਡੇ ਉੱਪਰ ਡਿਪੈਂਡ ਕਰਦਾ। ਉਹ ਅਸੀਂ ਤੁਹਾਨੂੰ ਕੌਨਫੀਡੈਂਸ ਨਾਲ ਕਮਿਟਮੈਂਟ ਦਿੰਦੇ ਹਾਂ, ਇੱਕ ਦਫ਼ਾ ਫਰੈਂਡਸ ਫਰਨੀਚਰ ਮਾਲ 'ਤੇ ਰਾਊਂਡ ਲਓ, ਫਿਰ ਪਤਾ ਲੱਗਣਾ ਵੀ ਸਟੋਰ ਅਤੇ ਫਰੈਂਡਸ ਫਰਨੀਚਰ ਮਾਲ 'ਚ ਕੀ ਡਿਫਰੈਂਸ ਹੈ ਜੀ। ਬਿਲਕੁਲ, ਜਿਹੜੇ ਵਿਊਵਰਸ ਹੁਣ ਦੇਖਣ ਲੱਗੇ ਨੇ ਟੀਵੀ, ਪਲੀਜ਼ ਆਪਣਾ ਫੋਨ ਨੰਬਰ, ਲੋਕੇਸ਼ਨ ਦੁਬਾਰਾ ਦਿਓ ਜੀ। ਫਰੈਂਡਸ ਫਰਨੀਚਰ ਮਾਲ ਜੀ, 80 ਡੈਲਟਾ ਪਾਰਕ ਬੁਲੇਵਰਡ, ਏਅਰਪੋਰਟ ਐਂਡ ਕੁਈਨ ਦੀ ਲੋਕੇਸ਼ਨ ਹੈ। ਸੋ ਆਨਲਾਈਨ ਦਾ ਟ੍ਰੈਂਡ ਹੈ, ਸੋ ਵੈਬਸਾਈਟ ਵਿਜ਼ਿਟ ਕਰ ਲਓ, ਫਰੈਂਡਸ ਫਰਨੀਚਰ ਮਾਲ .com, 647-7745 ਜੀ। ਜੀ ਬਿਲਕੁਲ, ਹੁਣ ਨਵੇਂ ਨਵੇਂ ਇਵੈਂਟਸ ਆ ਰਹੇ ਆ, ਹੈਲੋਵੀਨ ਆ ਰਹੀ ਆ, ਦੀਵਾਲੀ ਆ ਰਹੀ ਆ, ਕੀ ਕੋਈ ਫਰੈਂਡਸ ਫਰਨੀਚਰ ਨਵੀਆਂ ਡੀਲਸ ਦੇ ਰਿਹਾ ਜੀ? ਡੈਫੀਨੇਟਲੀ। ਸੋ ਫਰੈਂਡਸ ਫਰਨੀਚਰ, ਸਭ ਤੋਂ ਪਹਿਲਾਂ ਪ੍ਰਾਈਮ ਏਸ਼ੀਆ ਦਾ ਅਸੀਂ ਧੰਨਵਾਦ ਕਰਾਂਗੇ ਜੀ। ਅਸੀਂ ਬਹੁਤ ਵਧੀਆ ਇਵੈਂਟ ਵਿਸਾਖੀ ਦੇ ਨੇੜੇ ਕੀਤਾ ਸੀਗਾ, ਉਹਨੂੰ ਕਵਰ ਅਪ ਕੀਤਾ ਗਿਆ, ਇੱਕ ਕਾਰ ਕੱਢੀ ਗਈ ਸੀਗੀ ਸਾਡੇ ਮੈਨੇਜਮੈਂਟ ਵੱਲੋਂ। ਸੋ ਨਾਲ ਦੀ ਨਾਲ ਹੁਣ ਦੀਵਾਲੀ ਦੇ ਉੱਪਰ ਇੱਕ ਬਹੁਤ ਵਧੀਆ ਧਮਾਕਾ ਕਰਨ ਜਾ ਰਹੇ ਹਾਂ, ਉਹ ਵੀ ਪ੍ਰਾਈਮ ਏਸ਼ੀਆ 'ਤੇ ਆਪਣੇ ਵਿਊਅਰਸ ਦੇਖਦੇ ਰਹਿਣਗੇ, ਅਤੇ ਬਲੈਕ ਫਰਾਈਡੇ ਅਤੇ ਬੋਕਸਿੰਗ ਡੇ 'ਤੇ ਉੱਪਰ ਡੈਫੀਨੇਟਲੀ ਡੀਲਸ ਫਰੈਂਡਸ ਫਰਨੀਚਰ ਮਾਲ 'ਤੇ ਮਿਲਣਗੀਆਂ ਜੀ। ਜੀ ਅਵਤਾਰ ਜੀ, ਤੁਸੀਂ ਡਿਜ਼ਾਈਨਰ ਦੀ ਗੱਲ ਕੀਤੀ, ਅਕਸਰ ਮੰਨ ਲਓ ਅਸੀਂ ਫਰਨੀਚਰ ਪਹਿਲਾਂ ਲਿਆ ਹੋਇਆ ਹੈ ਨਾ, ਡਾਇਨਿੰਗ ਟੇਬਲ ਦੇ ਵਿੱਚ ਚੇਅਰਸ 'ਚ ਪ੍ਰੋਬਲਮ ਆ ਗਈ ਹੈ ਅਤੇ ਅਸੀਂ ਮੈਚ ਕਰਨਾ ਚਾਹੁੰਦੇ ਹਾਂ, ਫਿਰ ਉਹਦੇ 'ਚ ਵੀ ਸਾਨੂੰ ਸਲਾਹ ਮਿਲਦੀ ਹੈ? ਹਾਂਜੀ ਡੈਫੀਨੇਟਲੀ ਜੀ। ਨਹੀਂ, ਜੇਕਰ ਤਾਂ ਤੁਸੀਂ ਡਾਇਨਿੰਗ ਟੇਬਲ ਬ੍ਰੈਂਡ ਨਿਊ ਫਰਨੀਚਰ ਸਾਡੇ ਤੋਂ ਲੈਣਾ, ਉਹਦੇ ਲਈ ਸਾਡਾ ਜਿਹੜਾ ਇੰਟੀਰੀਅਰ ਡਿਜ਼ਾਈਨਰ ਹੈ 1 ਟਾਈਮ ਵਿਜ਼ਿਟ ਫਰੀ ਕਰੇਗਾ। ਲੈਟਸ ਸੇ ਤੁਹਾਨੂੰ ਕੋਈ ਓਲਡ ਫਰਨੀਚਰ ਦੇ ਵਿੱਚ ਸਾਡੀ ਹੈਲਪ ਚਾਹੀਦੀ ਹੈ, ਤਾਂ ਡੈਫੀਨੇਟਲੀ ਹੈਲਪ ਕਰਾਂਗੇ। ਤੁਸੀਂ ਇੱਕ ਉਹਦੀ ਤਸਵੀਰ ਲਿਆਓ, ਨਹੀਂ ਲਿਆ ਸਕਦੇ ਇੱਕ ਛੋਟੀ ਚੇਅਰ ਲਿਆਓ ਸਾਡੇ ਕੋਲ, ਜੇ ਕੋਈ ਉਹਦੇ 'ਚ ਪ੍ਰੋਬਲਮ ਹੈ, ਕਿਵੇਂ ਫਿਕਸ ਹੋਣੀ ਹੈ, ਕਿਵੇਂ ਨਹੀਂ ਹੋਣੀ, ਜੇ ਕਰ ਪਾਵਾਂਗੇ ਤਾਂ ਡੈਫੀਨੇਟਲੀ ਕਰਾਂਗੇ, ਨਹੀਂ ਤਾਂ ਸਾਡੇ ਕੋਲ ਟੀਮ ਹੈ ਜਿਹੜੇ ਸਾਡੇ ਨਾਲ ਆਲਰੇਡੀ ਟਾਈਡ ਅਪ ਕੰਟਰੈਕਟਰਸ ਨੇ, ਉਹ ਤੁਹਾਡੀ ਹੈਲਪ ਜ਼ਰੂਰ ਸਾਡੇ ਥਰੂ ਕਰ ਸਕਦੇ ਨੇ। ਸੋ ਫਰੈਂਡਸ ਫਰਨੀਚਰ ਮਾਲ ਕੌਨਫੀਡੈਂਸ ਦੇ ਨਾਲ ਆਪਣੇ ਲਿਸਨਰਸ ਨੂੰ ਇੱਕ ਵਾਰੀ ਇਨਵੀਟੇਸ਼ਨ ਦੇ ਰਿਹਾ ਫਰੈਂਡਸ ਫਰਨੀਚਰ ਮਾਲ ਦੀ ਲੋਕੇਸ਼ਨ 'ਤੇ ਪਹੁੰਚਣ ਦੇ ਲਈ ਜੀ। ਪਲੀਜ਼ ਇੱਕ ਵਾਰ ਜਾਂਦੇ ਜਾਂਦੇ ਆਪਣੀ ਲੋਕੇਸ਼ਨ ਜ਼ਰੂਰ। ਸੋ ਫਰੈਂਡਸ ਫਰਨੀਚਰ ਮਾਲ, 80 ਡੈਲਟਾ ਪਾਰਕ ਬੁਲੇਵਰਡ, ਏਅਰਪੋਰਟ
friendsfurniturmall.com वैबसाइट पर जाके ज़्यादा जानकारी ली जा सकती है। कॉल कर सकते हो जी 647-7745 जी। अवतार जी तुसी साडे स्टूडियो च आए, इन्नी वडमुल्ली जानकारी साडे नाल सांझी कीती, तुहाडा बहुत बहुत धन्नवाद। बहुत सारा धन्नवाद तुहाडा जी, ते नाल प्राइम एशिया दी सारी मैनेजमेंट टीम दा जिन्हां ने सानू इत्थे न्योता दित्ता ते असीं इत्थे पहुंचे हां। सो धन्नवाद सारे देख रहे दर्शकां दा जी। फिर तो एक वखरा विशा ते वखरी शख्सियत दे नाल तुहाडे रूबरू होवांगे। जोश जज्बा हर मैदान फतेह, देखते रहना प्राइम एशिया टीवी, तुहाडा अपना तुहाडे लई।